ਕਲਾਕਾਰਾਂ ਦਾ ਰਾਜਨੀਤਿਕ ਪਾਰਟੀਆਂ ਵੱਲ ਝੁਕਾਅ ਉਹਨਾਂ ਦੇ ਚਾਹਣ ਵਾਲਿਆਂ ਵਿੱਚ ਵੀ ਵੰਡੀਆਂ ਪਾ ਦਿੰਦਾ ਹੈ। ਇਹ ਕਹਿਣਾ ਹੈ ਬਿੰਨੂ ਢਿੱਲੋਂ ਦਾ। ਬਿੰਨੂ ਢਿੱਲੋਂ ਫਿਲਮ ਚੰਨੋ ਦੀ ਪ੍ਰਮੋਸ਼ਨ ਕਰ ਰਹੇ ਨੇ। ਇਸ ਤਰ੍ਹਾਂ ਦੀ ਕਾਨਫਰੰਸ ਦੌਰਾਨ ਜਿੱਥੇ ਉਹਨਾਂ ਸਾਫ਼ ਕੀਤਾ ਕਿ ਉਹ ਕਦੀ ਕਿਸੇ ਰਾਜਨੀਤਿਕ ਪਾਰਟੀ ਦਾ ਪੱਲਾ ਨਹੀਂ ਫੜਨਗੇ, ਉੱਥੇ ਉਹਨਾਂ ਸੰਕੇਤ ਵੀ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਕੰਮਕਾਜ ਅਤੇ ਆਮ ਆਦਮੀ ਪਾਰਟੀ ਦੇ ਏਜੰਡੇ ਤੋਂ ਉਹ ਖੁਸ਼ ਨੇ। ਬਸ ਮਹਾਰਾਜ ਇੱਧਰਲੇ ਪਾਸੇ ਹੋ ਜਾਈਆਂ ਤੇ ਬਚਾਵੇ ਜੀ, ਸਾਰਿਆਂ ਦਾ ਇੰਨਾ ਪਿਆਰ ਨਹੀਂ ਉੱਥੇ, ਤੁਸੀਂ ਅੱਧੇ ਨੇ ਇੱਧਰ ਹੋ ਜਾਣਾ, ਅੱਧੇ ਇੱਧਰ ਹੋ ਜਾਣਾ, ਹੈ ਨਾ ਜੀ, ਆਪਾਂ ਸਾਰਿਆਂ ਦੇ ਹਾਂ ਜੀ, ਲੋੜ ਨਹੀਂ ਜੀ। ਓਬਵੀਅਸਲੀ ਜੋ ਤੁਸੀਂ ਕਈ ਕਈ ਕੱਟੜ ਹੁੰਦੇ ਨੇ, ਕਾਂਗਰਸੀ ਹੁੰਦੇ ਨੇ, ਕਈ ਕੱਟੜ ਅਕਾਲੀ ਹੁੰਦੇ ਨੇ, ਕਈ ਆਮ ਆਦਮੀ ਪਾਰਟੀ ਦੇ ਹੈਗੇ ਨੇ ਜੀ, ਫਿਰ ਉਹਦੇ ਦੀ ਵੋਟ ਡਿਸਾਈਡ ਹੁੰਦਾ। ਜਿਹੜਾ ਆਮ ਆਡੀਅੰਸ ਤੁਹਾਡਾ ਫੈਨ ਆ ਨਾ ਜੀ, ਉਹਨੂੰ ਐਂ ਲੱਗਦਾ ਵੀ ਯਾਰ ਇਹਨੂੰ ਐਂ ਨਹੀਂ ਕਰਨਾ ਚਾਹੀਦਾ। ਨੋ ਡਾਊਟ ਸੀ ਹੈਗੇ ਕਿਉਂਕਿ ਕੰਮ ਵਧੀਆ ਕਰ ਰਹੇ ਨੇ ਜੀ ਉਹ, ਜਿੱਦਾਂ ਜਿੰਨਾ ਕੁ ਲੱਗਿਆ ਵੀ ਆਮ ਤੁਸੀਂ ਰਿਲੇਟ ਕਰਦੇ ਹੋ ਆਮ ਬੰਦੇ ਨਾਲ, ਆਮ ਮਿਲਦੇ ਹੋ ਕਿਉਂਕਿ ਸਿਕਿਉਰਿਟੀ ਉਹ ਲੈ ਕੇ ਨਹੀਂ ਘੁੰਮਦੇ, ਲਾਲ ਬੱਤੀ ਉਹ ਲਾਉਣਾ ਨਹੀਂ ਚਾਹੁੰਦੇ, ਤਾਂ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਤੁਸੀਂ ਰਿਲੇਟ ਕਰਦੇ ਨੇ ਸਾਰੇ ਲੋਕ ਉਹਨੂੰ, ਐਂ ਲੱਗਦਾ ਆਮ ਆਦਮੀ ਨਾ ਹੀ ਕਿੰਨਾ ਵਧੀਆ ਵੀ ਆਮ ਆਦਮੀ, ਅਤੇ ਉਹਦੇ 'ਚ ਰਹਿ ਕੇ ਮੈਨੂੰ ਲੱਗਦਾ ਵੀ ਆਪਦਾ ਬੰਦਾ ਆਪਦਾ ਕਾਰਜ ਵੀ ਕਰ ਸਕਦਾ ਅਤੇ ਉੱਧਰ ਵੀ ਹੋਏ।